ਨਾਜ਼ਰੀਨ ਅਸਲਾਮ ਅਲੈਕੁਮ। ਅਸਲ 'ਚ ਨਾ ਸਾਡੇ ਇੱਕ ਬੜੇ ਪਿਆਰੇ ਦੋਸਤ ਨੇ ਲਾਲਾ ਜੀ, ਲਾਲਾ ਦਲੀਪ, ਉਹਨਾਂ ਨੇ ਪੀਜ਼ੇ ਦੀ ਦੁਕਾਨ ਪਾਈ ਹੈ। ਅਸੀਂ ਉਹਨਾਂ ਨੂੰ ਪਹੁੰਚ ਚੱਲੇ ਹਾਂ ਫਟੀਕ, ਔਰ ਪੀਜ਼ਾ ਚੈੱਕ ਕਰਾਂਗੇ ਫੈਸਲਾਬਾਦ 'ਚ। ਅਗਰ ਪੀਜ਼ਾ ਅੱਛਾ ਹੋਇਆ ਤਾਂ ਤੁਹਾਨੂੰ ਦੱਸਾਂਗੇ, ਅੱਛਾ ਨਹੀਂ ਤਾਂ ਭਾਵੇਂ ਜਿੰਨਾ ਮਰਜ਼ੀ ਤੱਲਕ ਆ। ਪੀਜ਼ਾ ਅੱਛਾ ਨਾ ਹੋਇਆ ਤਾਂ ਪੈਣ ਸਾਡੇ ਵੱਲੋਂ ਨਾ ਵਾ। ਜੇ ਅੱਛਾ ਹੋਇਆ ਫਿਰ ਤੁਹਾਨੂੰ ਡਰੈਸ, ਨੰਬਰ, ਹਰ ਚੀਜ਼, ਹੋਮ ਡਿਲੀਵਰੀ 'ਤੇ ਆ ਜਾਓ। ਤੁਸੀਂ ਸਿਰਫ ਮੇਰੇ ਪਿੱਛੇ ਪਿੱਛੇ ਰਹਿਣਾ ਵਾ, ਠੀਕ ਹੈ? ਤੁਸੀਂ ਸਿਰਫ ਨਾ ਤੁਸੀਂ ਬਸ ਮਗਰ ਮਗਰ ਆ ਕੌਣ ਮੈਨੂੰ ਦੱਸ ਦਿਓ। ਲਾਲਾ ਜੀ ਨੂੰ ਨੰਬਰ ਬੁਲਾ ਕੇ ਦੇ। ਉਸਤਾਦ ਜੀ ਮੈਂ ਪਾਸਤਾ ਖਾਣਾ ਵਾ। ਆਹਿਸਤਾ ਖਾ ਬੰਦਾ, ਇਹੀ ਮੈਂ ਕਹਿਣਾ ਸੀ। ਹੈਲੋ ਲਾਲਾ ਬੈਦੁੱਲਾ ਕੰਬੋ, ਹਾਂ ਉਹ ਮਲਾਲਾ ਯੂਸਫ ਜ਼ਈ ਮਲਾਤਾ, ਉਹ ਨਾ ਮਲਾਲਾ। ਯਾਰ ਇੱਧਰ ਕਿਹੜੀ ਪੀਜ਼ੇ ਦੀ ਦੁਕਾਨ ਹੁੰਦੀ ਲਾਲਾ ਜੀ? ਉਹ ਨਹੀਂ ਨਹੀਂ ਮੈਂ ਇਹਨਾਂ ਨੂੰ ਕਹਿ ਰਿਹਾ ਨਾਲ। ਲਾਲਾ ਜੀ ਇਹ ਦੁਕਾਨ ਕਿੱਥੇ ਪਾ ਲਈ ਅੱਲਾ ਮਾਫੀ ਦੇ ਵਿੱਚ? ਅਰਸਲਾ ਪੀਜ਼ਾ ਵੇਚਦੇ ਆ, ਐਡੀ ਲੋਕ ਦੁਕਾਨ ਪਾਈ। ਮੈਂ ਉਹ ਜਿਹੜਾ ਤੁਸੀਂ ਦੱਸਿਆ ਸੀ ਉਹ ਬੇਸਮੈਂਟ, ਉਹਦੇ ਥੱਲੇ ਉੱਤਰ ਰਿਹਾ। ਸਿੱਧਾ ਹੀ ਆ, ਸਿੱਧਾ ਹੀ ਆ ਜਾਓ ਵੀ, ਸਿੱਧਾ ਹੀ ਆ ਗਿਆ, ਸਿੱਧਾ ਹੀ। ਫੈਸਲ ਪਿੱਛੇ ਰਹਿ, ਪਿੱਛੇ ਪਿੱਛੇ, ਸਿੱਧਾ ਹੀ, ਸਿੱਧਾ ਹੀ ਆ ਗਿਆ ਲਾਲਾ ਜੀ। ਆਈ ਜਾਓ, ਆਈ ਜਾਓ, ਆਈ ਜਾਓ, ਆਈ ਜਾਓ, ਸਿੱਧਾ ਹੀ। ਓਏ 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 ਓਏ, ਆ ਜਾਓ, ਆ ਜਾਓ। ਉਸਤਾਦ ਜੀ ਨਾ ਹੌਟ ਵਿੰਗ ਤੇ ਨਾਲੇ ਪਾਸਤਾ। ਬੰਦਾ ਕਿਹੜਾ ਉਸਤਾਦ ਜੀ, ਦੱਸੋ ਮੈਨੂੰ। ਆ ਜਾਓ। ਅਸਲਾਮ ਅਲੈਕਮ। ਯਾਰ ਕੈਮਰਿਆਂ ਦਾ ਤੇ ਦੇਖ ਲਾ। ਲਾਲਾ ਜੀ ਪਹਿਲੇ ਤਾਂ ਇਹ ਦੱਸੋ ਵੀ ਤੁਸੀਂ ਡਰੈਸ ਮੈਨੂੰ ਦੱਸਿਆ ਵੀ ਪਲਾਜ਼ੇ 'ਚ ਥੱਲੇ ਆ ਜਾਣਾ, ਇਹਦੇ 7 ਰਸਤੇ ਆਉਂਦੇ ਥੱਲੇ, ਕਿਹੜੇ ਰਸਤੇ ਆਉਣਾ ਇਹ ਕਿਹਨੇ ਦੱਸਣਾ? ਮੈਨੂੰ ਕੀ ਪਤਾ ਮੈਰ ਸਮੋਸੇ ਵਾਲਾ, ਮਤਲਬ ਮੈਂ ਦੁਕਾਨ ਕਿਰਾਏ 'ਤੇ ਦਿੱਤੀ ਉਹਨੂੰ, ਮੈਂ ਮੈਦਾ ਸਪਲਾਈ ਕਰਦਾ ਉਹਨੂੰ, ਮੈਨੂੰ ਕੀ ਪਤਾ ਮੈਰ ਸਮੋਸੇ ਵਾਲੇ? ਮੇਰੇ ਕੋਲ ਆਲੂ ਜਾਂਦੇ ਉਹਨੂੰ, ਹੱਦ ਹੁੰਦੀ ਹੈ। ਭਾਅ ਜੀ ਤੁਸੀਂ ਦੱਸਣਾ ਹੈ ਕਿ ਕਿਹੜੀਆਂ ਪੌੜੀਆਂ ਉਤਰਨੀਆਂ ਨੇ? ਫਿਰ ਉਹਨੇ ਆਪਣਾ ਛੋਟਾ ਜਿਹਾ ਕੰਮ ਕੀਤਾ, ਉਹਦੀ ਇੱਕ ਖੁਆਇਸ਼ ਸੀ ਵਸੀਮ ਨਾਮ ਉਹਦਾ। ਅੱਛਾ। ਉਹਦੀ ਖੁਆਇਸ਼ ਸੀ ਕਿ ਮੈਂ ਨਾ ਆਪਣਾ ਕੰਮ ਕਰਾਂ ਔਰ ਆਪਣੇ ਮੁਲਕ 'ਚ ਕਰਾਂ ਤੇ ਬੇਸਮੈਂਟ 'ਚ ਕਰਾਂ। ਹਾਂ ਬੇਸਮੈਂਟ 'ਚ ਤੇ ਜ਼ਰਾ ਥੋੜ੍ਹੇ ਜਿਹੇ ਹਾਲਾਤ ਉੱਦਾਂ ਦੇ ਸਨ। ਅੱਛਾ ਚਲੋ, ਇਨਸ਼ਾਅੱਲਾ ਇਹ ਬਿਹਤਰ ਕਰਾਂਗੇ ਭੈਣ। ਵੱਡਾ ਜਿਹਾ ਪੀਜ਼ਾ, ਵੱਡਾ ਹੈਂਜੀ ਪੀਜ਼ਾ ਲਾਲਾ ਜੀ, ਖਾਣਾ ਕਿ ਉੱਤੇ ਲੈਣਾ? ਵੱਡਾ ਪੀਜ਼ਾ ਕਿੱਦਾਂ ਯਾਰ, ਇੱਕ ਮਿੰਟ, ਏਡਾ ਵੱਡਾ ਪੀਜ਼ਾ ਖਾਣਾ ਕਿ ਉੱਤੇ ਲੈਣਾ? ਨਹੀਂ ਹੁਣ ਕਿੱਦਾਂ ਦੇਣਾ ਪੀਜ਼ਾ ਇੱਧਰ ਲਾਲਾ ਜੀ? ਓ ਯਾਰ ਇੱਕ ਮਿੰਟ, ਇੱਕ ਮਿੰਟ, ਸਾਰੀ ਦੁਨੀਆ ਦੇਖ ਰਹੀ ਹੈ ਯਾਰ, ਉਹਨਾਂ ਨੂੰ ਕੀ ਦੱਸਣਾ ਵੀ ਐਡੀ ਸ਼ੋਧੀ ਤਬੀਅਤ ਆ ਸਾਡੀ, ਹੁਣ ਆਏ ਆ ਤੇ ਖਵਾਉਣਗੇ ਨੀ? ਉਹ ਏਡੇ ਮਤਲਬ ਉਹ ਕੰਜੂਸ ਆ, ਨਹੀਂ 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 ਵੀ 500 ਦਾ ਪੀਜ਼ਾ ਨਹੀਂ ਸਾਨੂੰ ਖਵਾ ਸਕਦੇ? ਉਹ ਭੈਣ ਖਵਾਵਾਂਗੇ ਤੇ ਲੈ ਕੇ ਆਓ, ਨਾ ਇੰਨਾ ਵੇਟ ਨਹੀਂ ਚਾਹੀਦਾ ਯਾਰ। ਫੈਸਲ ਸਿਰਫ ਤੈਨੂੰ ਖਵਾਉਣੇ ਨਹੀਂ, ਉਹ ਨਾਲ ਵੀ ਦੇਣਗੇ ਵੀ 25-30 ਪੀਜ਼ੇ ਤੈਨੂੰ ਦੇ ਦੇਣਗੇ ਤੇ ਕੀ ਮਰ ਨਹੀਂ ਚੱਲੇ ਹੋ? ਨਹੀਂ ਨਹੀਂ ਐਸੀ ਕੋਈ ਬਾਤ ਨਹੀਂ ਹੈ। ਹਾਂ ਬਸ ਐਸੀ ਕੋਈ ਬਾਤ ਨਹੀਂ, ਕਹਿੰਦੇ ਲੈ ਲੈਣਾ। ਨਹੀਂ ਕਦੀ ਵੀ ਨਹੀਂ, 25-30 ਪੀਜ਼ੇ ਚੰਗੇ ਭਲੇ ਪੈਸੇ ਨਹੀਂ ਆਉਂਦੇ ਆ। ਡੀਲਾਂ ਤੇ ਪੀਜ਼ਾ ਤੇ ਨਾਲ ਉਹ ਜਿਹੜਾ ਰੁਕਦੀ ਆ ਵੀ ਤੈਨੂੰ ਇੰਨੀਆਂ ਛਾਵਾਂ ਨਾਲ ਤੋੜਦੀ ਆ। ਠਹਿਰ ਜਾ, ਜਿਹੜਾ ਮੇਰੇ ਸ਼ਾਗਿਰਦ ਕਰਾਇਆ ਨਾ ਜੈਰਮਨ,
ਉਹ ਐਸ ਭਾਈ ਨੇ ਕਰਾਇਆ ਮਜ਼ਾਕ ਨਹੀਂ ਕਰਦਾ ਮੈਂ ਵੈਸੇ ਫੈਸਲ ਮੇਰਾ ਵੀਰ ਸੀ ਮੈਂ ਕਿਹਾ ਯਾਰ ਫੈਸਲ ਤੂੰ ਵੀਰ ਰਹਿ ਮੇਰਾ ਸ਼ਗਿਰਦੀ ਕਰ ਇਹਨੇ ਕਿਹਾ ਨਹੀਂ ਜੀ ਫਿਰ ਲਾਲਾ ਜੀ ਨੇ ਸ਼ਗਿਰਦ ਕਰਾਇਆ ਹੋਰ ਮਜ਼ੇਦਾਰੀ ਦੀ ਗੱਲ ਦੱਸਾਂ ਲਾਲਾ ਜੀ ਨੂੰ ਮੈਂ ਬੁਲਾਇਆ ਉਸਤਾਦ ਹੋਰ ਹਾਂ ਇਸੇ ਤੋਂ ਬੁਲਾਇਆ ਕਿ ਸ਼ਗਿਰਦ ਕਰਾਏਗਾ ਕਿਉਂਕਿ ਇਹਦੀ ਮੈਂ ਮੰਨ ਨਹੀਂ ਸੀ ਰਿਹਾ ਦਲਾਲੀ ਚ ਮੂੰਹ ਕਾਲਾ ਕਿੰਨੇ ਪੀਜ਼ਿਆਂ ਦਾ ਤੁਸੀਂ ਘੁੱਟ ਭਰ ਸਕਦੇ ਦੋ ਬਿਗ ਪੀਜ਼ੇ ਅੱਛਾ ਪਹਿਲੇ ਦੱਸੋ ਅਗਰ ਸਾਡੇ ਇਸ ਪ੍ਰੋਗਰਾਮ ਤੋਂ ਬਾਅਦ ਭਾਜੀ ਸਿੱਧੀ ਤੇ ਸਾਫ ਗੱਲ ਆ ਲਾਲਾ ਜੀ ਅਗਰ ਤੇ ਸਾਨੂੰ ਪੀਜ਼ਾ ਅੱਛਾ ਲੱਗਾ ਤੇ ਅਸੀਂ ਕਵਾਂਗੇ ਕਿ ਅੱਛਾ ਅਗਰ ਸਾਨੂੰ ਨਾ ਅੱਛਾ ਲੱਗਾ ਕੋਈ ਤੁਹਾਡਾ ਮੇਰੇ ਤਲਕ ਦਾ ਲਿਹਾਜ਼ ਨਹੀਂ ਮੈਂ ਕਹਿ ਦੇਣਾ ਕਿ ਭਾਜੀ ਨਹੀਂ ਅੱਛਾ ਬਿਲਕੁਲ ਠੀਕ ਇਹ ਜੈਨੂਇਨ ਗੱਲ ਬਿਲਕੁਲ ਠੀਕ ਕਿਉਂਕਿ ਮੈਂ ਹਰ ਇੱਕ ਦਾ ਕਈ ਜਮਾਂ ਅੱਛਾ ਤੀਜੇ ਚੌਥੇ ਪ੍ਰੋਗਰਾਮ 'ਚ ਮੇਰੀ ਗੱਲ ਮੰਨਣੀ ਕਿਸੇ ਨੇ ਨਹੀਂ ਮੁੜ ਕਿ ਯਾਰ ਇਹ ਇੱਦਾਂ ਹੀ ਕਰਦੇ ਇੱਦਾਂ ਹੀ ਹੈ ਸਹੀ ਗੱਲ ਲਿਹਾਜ਼ਾ ਪੀਜ਼ਾ ਇੱਦਾਂ ਦਾ ਬਣਾਉਣਾ ਔਰ ਉਦਾਂ ਦਾ ਬਣਾਉਣਾ ਜਿੱਦਾਂ ਦਾ ਬਾਅਦ 'ਚ ਗਾਹਕ ਆਉਣ ਤੇ ਫਿਰ ਉਦਾਂ ਦਾ ਹੀ ਬਣਾਉਣਾ ਉਦਾਂ ਦਾ ਹੀ ਜਾਏਗਾ ਓਕੇ ਭਾਈ ਕੀ ਹਾਲ ਤੁਹਾਡਾ ਠੀਕ ਠਾਕ ਇਹ ਤੁਹਾਡੇ ਭਾਈ ਨੇ ਛੋਟੇ ਮੇਰੇ ਭਾਈ ਛੋਟੇ ਇਹ ਉਹਨੇ ਉਹ ਜਿਹੜੇ ਨਹੀਂ ਇਹ ਇਹ ਤੋਂ ਛੋਟਾ ਉਹ ਜਿਹੜਾ ਬਾਹਰ ਹੈ ਨਾ ਉਹ ਇਹ ਤੋਂ ਛੋਟਾ ਹੈ ਉਹ ਇਹ ਤੋਂ ਛੋਟੇ ਨੇ ਅੱਛਾ ਠੀਕ ਹੈ ਇਹ ਤੁਹਾਡੇ ਤੋਂ ਛੋਟੇ ਨੇ ਹਾਂਜੀ ਇਹ ਮੇਰੇ ਤੋਂ ਜੇ ਮੇਰੇ ਤੋਂ ਛੋਟਾ 20 ਬਾਰ ਹੈ ਤੇ ਇਹ ਤੋਂ ਛੋਟਾ 20 ਬਾਰ ਪਹਿਲੇ ਆ ਭਰਾਵਾਂ ਦੀ ਤਰਤੀਬ ਤਸਵੀਰ ਕੁੱਲ ਕਿੰਨੇ ਹੋ 5 ਤੁਸੀਂ ਸਭ ਤੋਂ ਵੱਡੇ ਹੋ ਜੀ ਤੁਹਾਡੇ ਤੋਂ ਛੋਟਾ ਕਿੱਥੇ ਉਹ ਵੀ ਬਾਰ ਦੁਬਈ ਦੁਬਈ ਉਸ ਤੋਂ ਛੋਟਾ ਉਸ ਤੋਂ ਛੋਟਾ ਹੈ ਇਸ ਤੋਂ ਛੋਟਾ ਉਹ ਵੀ ਬਾਰ ਤੇ ਉਸ ਤੋਂ ਛੋਟਾ ਉਹ ਅੰਦਰ ਵੇਖ ਕਰ ਰਿਹਾ ਜੀ ਇਹ ਭਰਾ ਪੂਰੇ ਕਰਾਓ ਸਾਡੇ ਇੱਥੇ ਭਾਈ ਨੇ ਕਰੋ ਕਰੋ ਜੀ ਕਰੋ ਹਾਂਜੀ ਇੱਕ ਮੈਂ ਇੱਕ ਮੇਰੇ ਤੋਂ ਛੋਟਾ ਬਾਰ ਠੀਕ ਆ ਉਹ ਤੋਂ ਛੋਟਾ ਹੈ ਠੀਕ ਆ ਇਹ ਤੋਂ ਛੋਟਾ ਫਿਰ ਬਾਹਰ ਤੇ ਤੀਜਾ ਰਹਿ ਗਿਆ ਤੀਜਾ ਰਹਿ ਗਿਆ ਇੱਕ ਤੁਹਾਡੇ ਤੋਂ ਛੋਟਾ ਵੀ ਬਾਹਰ ਫਿਰ ਉਹ ਹੀ ਉੱਤੇ ਛੋਟਾ ਵੀ ਬਾਹਰ ਹਾਂ ਉਸਤਾਦ ਜੀ ਸਭ ਤੋਂ ਵੱਡਾ ਕੌਣ ਹੋਇਆ ਫਿਰ ਮੈਂ ਇੰਨੇ ਬਾਹਰ ਤੇ ਹੁੰਦੇ ਨਹੀਂ ਯਾਰ ਦੋ ਬਾਹਰ ਹੁੰਦੇ ਬਸ ਯਾਰ ਇੱਕ ਮਿੰਟ ਇਹ ਦੋ ਹੀ ਹੈ ਲਾਲਾ ਜੀ ਸਾਰੇ ਬਾਹਰ ਭੇਜਿਆ ਕਿ ਘਰ ਦੀ ਛੱਤ ਹੈ ਨਹੀਂ ਵੀ ਲਾਲਾ ਜੀ ਸਾਰੇ ਬਾਹਰ ਕੀ ਗੱਲ ਹੋਈ ਟੈਂਟ ਲਾਇਆ ਵਿੱਚੇ ਓ ਯਾਰ ਇੱਕ ਮਿੰਟ ਇੱਕ ਤੁਸੀਂ ਹਾਂਜੀ ਇੱਕ ਤੁਹਾਡਾ ਛੋਟਾ ਭਰਾ ਉਹ ਬਾਹਰ ਉਸ ਤੋਂ ਛੋਟਾ ਹੈ ਇਸ ਤੋਂ ਛੋਟਾ ਉਹ ਵੀ ਬਾਹਰ ਨਹੀਂ ਉਹ ਤੇ ਤੁਹਾਡੇ ਤੋਂ ਛੋਟਾ ਬਾਹਰ ਹੈ ਤੇ ਇਹ ਤੋਂ ਛੋਟਾ ਵੀ ਬਾਹਰ ਦੋ ਹੋ ਗਏ ਬਾਹਰ ਦੋ ਬਾਹਰ ਹਾਂਜੀ ਦੋ ਤੁਸੀਂ ਤੇ ਪੰਜਵਾਂ ਉਹ ਅੰਦਰ ਜਿਹੜਾ ਪੀਜ਼ਾ ਬਣਾਉਂਦਾ ਅੱਛਾ ਦੋ ਬਾਹਰ ਹਾਂਜੀ ਦੋ ਇੱਥੇ ਇੱਕ ਅੰਦਰ ਇੱਕ ਅੰਦਰ ਨਹੀਂ ਨਹੀਂ ਦੋ ਬਾਹਰ ਦੋ ਇੱਥੇ ਦੋ ਅੰਦਰ ਇਹ 6 ਹੋ ਗਏ ਉਹ ਨਹੀਂ ਯਾਰ ਇਹ 5 ਹੀ ਆ 6 ਹੋ ਗਏ ਲਾਲਾ ਯਾਰ ਇਹ ਸਾਡੇ ਕੋ ਭਰਾ ਲਗਾਓਗੇ ਹੁਣ ਤੁਸੀਂ ਟੈਕਨੀਸ਼ੀਅਨ ਮੁੰਡਾ ਜਿਹਨੇ ਸਮਾਨ ਚੁੱਕਿਆ 8 ਦੋ ਦੋਸਤ ਆ ਰਹੇ ਨੇ ਅੱਗੇ 3 ਆ ਰਹੇ ਸੀ ਚਲੋ 3 ਆ ਰਹੇ ਨੇ ਮੈਂ ਇੱਕ ਵੱਧ ਕੀਤਾ ਮੈਂ ਕਿਹਾ ਉਹਨਾਂ ਦੇ ਨਾਲ ਅਗੋ ਦੋ ਦੋ ਆ ਜਾਣ ਤੇ ਮੈਂ ਕਰੂੰਗਾ ਯਾਨੀ 14 15 ਬੰਦੇ ਫੋਨ ਕਰਕੇ ਪਤਾ ਕਰ ਲਓ ਕਿੰਨੇ ਆ ਰਹੇ ਆ 13 14 ਬੰਦੇ ਨੇ 13 14 15 15 ਕਿੰਨੇ ਪੀਜ਼ਿਆਂ ਨਾਲ ਨਾਲ ਕੋਈ ਬੱਚੇ ਪੁੱਛੇ ਭਾਈ ਤਾਂ ਵੀ ਬਾਈਪਾਸ ਤੇ ਪਹੁੰਚ ਗਿਆ ਉਹ ਵੀ ਆ ਰਿਹਾ ਆਪਣੀ ਫੈਮਿਲੀ ਨਾਲ 6 ਨਿਆਣੇ ਉਹਦੇ ਨਾਲ ਵੀ ਆ ਇਹਨੇ ਮੇਰਾ ਵੀ ਕਿਹਾ ਸੀ ਕਿ ਮਿੱਠੇ ਤੈਨੂੰ ਘਰ ਵਾਸਤੇ ਵੀ ਦਊਗਾ ਪੀਜ਼ਾ ਉਹ ਮੰਨੋ ਹੁਣ ਯਾਰ ਵੈਸ ਚਲੋ ਗਿਆ ਸੀ ਯਾਰ ਆ ਵੈਸ ਤੇ ਸ਼ਰਾਦ ਉਹ ਦਫ਼ਤਰ ਬੈਠੇ ਉਹਨਾਂ ਨੂੰ ਆਹੋ ਯਾਰ ਵੈਸ ਨੂੰ ਨਹੀਂ ਭੇਜਣਾ ਸ਼ਰਾਦ ਨੂੰ 21 ਹੋ ਗਏ 21 ਹੋ ਗਏ ਹਾਂ ਤੇ 19-21 ਹੋ ਜਾਂਦੀ ਦਿਓ ਤੂੰ ਕੋਈ ਵੱਡੀ ਕੜਾਈ ਲਿਆ ਉਹ ਚ ਬਣਾ ਦੇਣਾ ਇਹਨੂੰ ਨਾ ਸਾਨੂੰ ਇੱਕੋ ਹੀ ਬਣਾ ਦਿਓ ਵੱਡਾ ਆਹੋ ਵੱਡਾ ਉਹ ਵੱਡਾ ਥਾਲ ਹੈ ਨਹੀਂ ਵੱਡਾ ਕਿਉਂ ਮੰਗਣਾ ਅਸੀਂ ਪਤਾ ਲੈ ਕੀ ਕਰਦੇ ਹੋ ਲਾਲਾ ਜੀ ਪੀਜ਼ਾ ਫੈਸਲ ਸਾਹਿਬ ਤੁਹਾਨੂੰ ਪੀਜ਼ਾ ਨਹੀਂ ਖਵਾਉਣਾ ਤੁਹਾਨੂੰ ਇਹਨੂੰ ਜੈਨੂਇਨ ਗੱਲ ਦੱਸਾਂ ਨਾਗਰਿਕ ਲੋਕਾਂ ਨੇ ਨਾ 2-4 ਵਾਰੀ ਕਿਹਾ ਵਿੱਚ ਉਹ ਕੋਈ ਡਾਕਟਰਸ ਹਜ਼ਰਤ ਸਾਡੇ ਵੀਵਰਸ ਨੇ ਉਹਨਾਂ ਨੇ ਇਸ ਬੰਦੇ ਨੂੰ ਨਾ ਦੇਖ ਕੇ ਕਮੈਂਟ ਕੀਤੇ ਕਿ ਫੈਸਲ ਦੀ ਸ਼ਕਲ ਦੱਸ ਰਹੀ ਕਿ ਇਹਦੀ ਤਬੀਅਤ ਨਹੀਂ ਠੀਕ ਚੈੱਕਅਪ ਕਰਾਓ ਇਹਨੂੰ ਕੱਲ੍ਹ ਮੈਂ ਲੈ ਕੇ ਗਿਆ ਡਾਕਟਰ ਕੋਲ ਪੂਰਾ ਘੰਟਾ ਲਾ ਕੇ ਹਰ ਗੱਲਬਾਤ ਦੱਸੀ ਉਹਨੇ ਕਿਹਾ ਜੀ ਸਭ ਤੋਂ ਪਹਿਲੇ ਬਾਹਰ ਦੀ ਚੀਜ਼ ਨਹੀਂ ਖਾਣੀ ਉਹਨਾਂ ਨੇ ਕਿਹਾ ਸਬਜ਼ੀਆਂ ਖਾਣੀਆਂ ਨੇ ਰੋਟੀ ਸਾਦੀ ਖਾਣੀ ਘਰ ਦੀ ਪੱਕੀ ਥੋੜੇ ਮਿਰਚ ਵਾਲੀ ਸਬਜ਼ੀ ਖਾਣੀ ਹੁਣ ਹੋਟਲ ਵਾਲੇ ਨੇ ਤੇ ਇਹਦੇ ਕਰਕੇ ਕੱਲਿਆ ਸੀ ਹਾਂਡੀ ਪਕਾਉਣੀ ਉਹਦਾ ਨਹੀਂ ਤੁਸੀਂ ਪੀਜ਼ਾ ਮਾਰਨਾ ਲਿਆਦਾ ਉਹਨੇ ਕਿਹਾ ਜੀ ਮੈਂ ਕਿਹਾ ਜੀ ਮੈਂ ਗਰੰਟੀ ਲੈਣਾ ਵਾ ਇਸ ਬੰਦੇ ਨੂੰ ਉਹਨੇ ਕਿਹਾ 2 ਮਹੀਨੇ ਬੋਤਲ ਭੱਲੇ ਗੋਸ਼ਤ ਇਹ ਉਹ ਹਰ ਚੀਜ਼ ਦੀ ਬੰਦ ਆ ਹੈਲੋ ਆ ਕਰਨ ਦੇ ਆ ਟਿਸ਼ੂ ਦੇ ਦਿਓ ਉਹ ਫਿਟੇ ਮੂੰਹ ਸਾਰੇ ਨਿਚਲੇ ਦਰਜੇ ਵਾਲੀ ਜਗ੍ਹਾ ਤੇ ਰਹਿਣ ਵਾਲੇ ਅਕੜੀ ਮੈਂ ਦਿੱਤੀ ਲਾਲਾ ਜੀ ਤੁਹਾਨੂੰ ਬੇਟੇ ਜਦੋਂ ਮੰਗ ਕੇ ਲਗਿਆ ਸੀ ਤੇ ਵਾਪਸ ਕਰਨੀ ਨਹੀਂ ਸੀ ਦਿੱਤੀ ਹੈ ਨਾ ਕੀ ਹੈ ਲੋਕਾਂ ਦੇ ਫੂਡ ਇੰਸਪੈਕਟਰ ਹੁੰਦੇ ਨੇ
ਹਾਂਜੀ ਆਉਂਦੇ ਮੇਰੇ ਕੂਡ ਇੰਸਪੈਕਟਰ ਆਏ ਨੇ ਖਾਣ ਦੇਣਾ ਸੀ ਕੈਸੀ ਗੱਲ ਆ ਮੈਨੂੰ ਸਮਝ ਨੀ ਲੱਗ ਰਹੀ ਹੈਗੀ ਡਾਕਟਰ ਨੇ ਕਹਿ ਦਿੱਤਾ ਡਾਕਟਰ ਨੇ ਪਤਾ ਨੀ ਕੀ ਕਹਿ ਦਿੱਤਾ ਵਾਹ ਕਿਆ ਬਾਤ ਲਾਲਾ ਜੀ ਡਾਕਟਰ ਨੇ ਇਹਨੂੰ ਤੇਰੇ ਨਹੀਂ ਕਿਹਾ ਡਾਕਟਰ ਨੇ ਉਸਤਾਦ ਜੀ ਮੈਂ ਖਾਣਾ ਮੈਂ ਕੱਲ੍ਹ ਤੋਂ ਡਾਇਟਿੰਗ ਕਰ ਲਾਂਗਾ ਮੈਂ ਡਾਇਟਿੰਗ ਨਹੀਂ ਹੈ ਬੇਟੇ ਇਹ ਫਾਈਟਿੰਗ ਆ ਇਹ ਛੱਡਣਾ ਮੈਂ ਪੀਜ਼ਾ ਨਹੀਂ ਮੈਂ ਖਾਣਾ ਬਾਹਰ ਦੀ ਰੋਟੀ ਛੱਡਣੀ ਹੈ ਮੈਂ ਖਾਣੀ ਹੈ ਅੱਜ ਨਹੀਂ ਖਾਣੀ ਫੈਸਲ ਸਾਹਿਬ ਉਸਤਾਦ ਜੀ ਕੱਲ੍ਹ ਤੋਂ ਨਹੀਂ ਖਾਊਂਗਾ ਮੈਂ ਤੁਹਾਨੂੰ ਅੱਜ ਤੋਂ ਨਹੀਂ ਖਾਣੀ ਇਹ ਅੱਜ ਡਾਇਟਿੰਗ ਕਰਾਂਗਾ ਅੱਜ ਤੋਂ ਬੰਦ ਵਾ ਅੱਜ ਤੋਂ ਬੰਦ ਆ ਖਾ ਕੇ ਵਾ ਨਹੀਂ ਖਾਣੀ ਚਾਹੀਦੀ ਇਹਨੂੰ ਬਿਲਕੁਲ ਨਹੀਂ ਖਾਣੀ ਚਾਹੀਦੀ ਇਹਦੇ ਵਾਸਤੇ ਜ਼ਹਿਰ ਆ ਉਹ ਤੇਰਾ ਪਿੱਤਾ ਫਟ ਜਾਏਗਾ ਤੂੰ ਬਾਹਰਲੇ ਖਾਣੇ ਨਾ ਖਾਇਆ ਕਰ ਸੋਹਣੇ ਭਾਈ ਡਾਕਟਰਾਂ ਦਾ ਕੋਈ ਹੈ ਵਾ ਯਕੀਨ ਗਰੀਬ ਨੂੰ ਕਹੀ ਜਾਂਦੇ ਫਲਾਣੀ ਸ਼ਾਖਾ ਫਲਾਣੀ ਸ਼ਾਖਾ ਫਲਾਣੀ ਸ਼ਾਖਾ ਤੇ ਸਾਡੇ ਵਰਗੇ ਨੂੰ ਅੱਛਾ ਫਿਰ ਕੱਲ ਤੋਂ ਕਿਉਂ ਉਹਨਾਂ ਦੀ ਮੰਨਣੀ ਹੈ ਉਹ ਮੈਂ ਤੁਹਾਡੀ ਮੰਨਣੀ ਹੈ ਮੈਂ ਤਾਂ ਕਿਹਾ ਹੀ ਨਹੀਂ ਕੱਲ ਤੋਂ ਨਹੀਂ ਖਾਣਾ ਤੁਸੀਂ ਮੈਨੂੰ ਕਿਹਾ ਮੈਂ ਤੇ ਅੱਜ ਤੋਂ ਕਹਿ ਰਿਹਾ ਨਹੀਂ ਮੈਂ ਉਸਤਾਦ ਫਿਰ ਅੱਜ ਮੇਰੀ ਮੰਨ ਉਸਤਾਦ ਜੀ ਭੁੱਖ ਲੱਗੀ ਕਸਮ ਵਾਲੀ ਗੱਲ ਇਹ ਨਾ ਕੋਈ ਇਹੋ ਜਿਹੀ ਚੀਜ਼ ਘਰ ਤੇਰੇ ਘੀਆ ਪੱਕਾ ਵਾ ਜੋ ਵੀ ਹੈ ਕੀ ਯਾਰੇ ਉਹ ਲੱਡੂ ਟੈਪ ਨਾ ਖਾ ਪੀਜ਼ਾ ਉਹ ਯਾਰ ਜਾ ਕੰਮ ਕਰ ਯਾਰ ਭਾਈ ਫੈਸਲ ਕੀ ਹੈ ਜਾਣ ਕੇ ਡੱਡੂ ਟੈਪ ਨਹੀਂ ਲਾਲਾ ਕੀ ਹੈ ਡੱਡੂ ਟੈਪ ਕੀ ਉਹ ਲਾਲਾ ਜੀ ਉਹ ਵੈਸੇ ਨੂੰ ਛੇੜਦਾ ਉਹਦਾ ਉਹਨਾਂ ਦਾ ਆਪਸ ਚ ਮਜ਼ਾਕ ਆ ਕੋਈ ਮਜ਼ਾਕ ਮਜ਼ੂਕ ਨਹੀਂ ਹੈਗਾ ਮੈਂ ਪੀਜ਼ਾ ਖਾਣਾ ਵਾ ਜੋ ਮਰਜ਼ੀ ਹੋ ਜਾਏ ਅੱਛਾ ਯਾਰ ਤੂੰ ਤੈਨੂੰ ਤੂੰ ਖਾ ਕੇ ਦਹੀਂ ਆਲਵੇ ਆਲਵੇ ਜਰਾ ਸੁਣੋ ਉਸਤਾਦ ਜੀ ਉਹਨੇ ਸਿੱਧਾ ਕਿਹਾ ਸੀ ਸਾਹਮਣੇ ਡਾਕਟਰ ਨੇ ਕਿਹਾ ਸੀਗਾ ਕਿ ਤੂੰ ਫਾਸਟ ਫੂਡ ਅਗਰ ਖਾਏਗਾ ਤੇਰੇ ਵਾਸਤੇ ਜ਼ਹਿਰ ਆ ਤੇਰਾ ਪਟਾਕਾ ਪੈਣਾ ਸੁੱਤੇ ਦਾ ਹੀ ਤੇ ਲਿਹਾਜ਼ਾ ਨੂੰ ਬੰਦ ਕਰ ਨਾ ਖਾ ਤੇਰੀ ਮਿਹਰਬਾਨੀ ਅੱਛਾ ਤੇਰੇ ਮੂੰਹ ਵੀ ਫਾਸਟ ਫੂਡ ਦਾ ਅੱਛਾ ਨਹੀਂ ਲੱਗਣ ਦਾ ਜਿਸ ਇਲਾਕੇ ਦਾ ਤੂੰ ਹੈ ਨਾ ਉੱਥੇ ਪਹਿਲੀ ਵਾਰੀ ਪੀਜ਼ਾ ਗਿਆ ਤੇ ਉਹਨੇ ਗੋਡੇ ਤੇ ਬੰਨ ਲਿਆ ਸਿੱਧੇ ਤਾਏ ਨੇ ਉਹਨਾਂ ਕੋਲ ਪਤਾ ਤੇਰੇ ਘਰ ਪਤਾ ਨਹੀਂ ਸ਼ਾਇਦ ਕੋਈ ਫਲੂ ਹੈ ਫਲੂ ਸੁੱਜੇ ਗੋਡੇ ਤੇ ਬੰਨਣ ਲਈ ਤੇਰੇ ਘਰ ਵੀ ਜਦੋਂ ਪਹਿਲੀ ਵਾਰੀ ਪੀਜ਼ਾ ਗਿਆ ਸੀ ਨਾ ਤੇਰਾ ਨਾਨਾ ਲੈ ਕੇ ਦੁਕਾਨ ਤੇ ਕਹਿੰਦਾ ਉਹਨੂੰ ਤਿੰਨ ਸੂਈਆਂ ਲਾ ਦੇ ਸੀ ਕਲਾਕ ਬਣਾਉਣਾ ਲਾਲਾ ਜੀ ਇਹ ਦੱਸੋ ਕਿ ਅਗਰ ਕਿਸੇ ਨੇ ਪੀਜ਼ਾ ਮੰਗਾਉਣਾ ਹੋਵੇ ਆਨਲਾਈਨ ਆਨਲਾਈਨ ਭੇਜ ਦੇ ਹਾਂਜੀ ਆਨਲਾਈਨ ਜੀ ਆਨਲਾਈਨ ਕਿਸੇ ਨੇ ਮੰਗਾਉਣਾ ਹੋਵੇ ਤੇ ਉਹ ਕਿੱਥੇ ਰਾਬਤਾ ਕਰੇਗਾ ਉਹ ਨੰਬਰ ਤੇ ਭਾਈ ਲਓ ਜੀ ਇਹ ਨੰਬਰ ਥੱਲੇ ਅਸੀਂ ਲਾਵਾਂਗੇ ਉਹ ਰਾਬਤਾ ਕਰ ਲਵੇ ਇੱਥੇ ਘੱਟ ਵਾਲੇ ਰਾਬਤਾ ਕਰ ਲਏ ਕਿ ਬਾਬਾ ਪੈਂਦਾ ਉੱਥੇ ਪੁਲ ਦੇ ਥੱਲੇ ਉਹਨਾਂ ਰਾਬਤਾ ਕਰ ਲਏ ਕਿ ਬਾਬਾ ਜੀ ਮੈਂ ਪੀਜ਼ਾ ਖਾਣਾ ਤੈਨੂੰ ਕਹਿੰਦਾ ਜਾ ਖਾ ਲਾ ਫਿਰ ਇੱਥੇ ਆਵੇ ਨਹੀਂ ਇੱਥੇ ਨਾਮ ਹੀ ਆਵੇ ਰਾਬਤਾ ਹੀ ਕਰਨਾ ਨਾ ਲਾਲਾ ਜੀ ਨੂੰ ਇਸ ਗੱਲ ਦਾ ਕੀ ਮਤਲਬ ਹੋਇਆ ਲਾਲਾ ਜੀ ਰਾਬਤਾ ਹੀ ਕਰਨਾ ਨਾ ਲਾਲਾ ਜੀ ਨੇ ਇੱਕ ਬੰਦ ਲੈ ਖੈਰ ਕਰੇ ਬੰਦਾ ਪੀ ਉੱਥੇ ਬਾਈਪਾਸ ਤੇ ਨਹੀਂ ਭੇਜਿਆ ਖੈਰ ਸੀ ਯਾਰ ਬਾਈਪਾਸ ਤੇ ਮੈਂ ਤਾਂ ਨਹੀਂ ਭੇਜਿਆ ਲਾਲਾ ਜੀ ਗਰਮੀ ਬਹੁਤ ਆ ਬੰਦਾ ਜਾਂਦਾ ਹਾਂ ਜੀ ਲਾਲਾ ਜੀ ਨੇ ਇੱਕ ਬੰਦੇ ਨੇ ਫੋਨ ਕੀਤਾ ਉਹਨੇ ਕਿਹਾ ਜੀ ਪੀਜ਼ਾ ਡਿਲੀਵਰੀ ਭੇਜ ਦਿਓਗੇ ਉਹਨੇ ਕਿਹਾ ਕਿੱਥੇ ਕਰਕੇ ਕਹਿੰਦਾ ਫਾਰਾ ਚੌਕ ਦੇ ਕੋਲ ਕਹਿੰਦਾ ਆਹ ਤੇ ਆਇਆ ਲੈ ਜਿਓ ਆਣ ਕੇ ਲਾਲਾ ਜੀ ਨੂੰ ਲਾਲਾ ਜੀ ਨੇ ਇੱਕ ਬੰਦੇ ਨੇ ਸਾਹਮਣੇ ਪੀਜ਼ਾ ਮੰਗਵਾਇਆ ਤੇ ਉਹਨੂੰ ਕਹਿੰਦੇ ਲੋਕੇਸ਼ਨ ਸੈਂਡ ਕਰ ਔਰ ਸਾਹਮਣੇ ਤੇ ਹੈ ਸਾਡੇ ਨਾਜ਼ਰੀ ਨੂੰ ਪਤਾ ਨਾ ਕਿ ਲਾਲਾ ਜੀ ਕਿਸ ਤਰ੍ਹਾਂ ਦੀ ਦੁਕਾਨ ਹੈ ਇੱਕ ਬੰਦਾ ਪੀਜ਼ਾ ਲੈਣਾ ਉਹਨੂੰ ਕਹਿੰਦਾ ਜ਼ਮਾਨਤੀ ਲੈ ਕੇ ਆ ਅੱਛਾ ਲਾਲਾ ਜੀ ਕਿਸ ਤਰ੍ਹਾਂ ਦੀ ਦੁਕਾਨ ਵੀ ਹੈ ਤੇ ਨਾਲ ਪੀਜ਼ਾ ਵੀ ਖੋਲ ਲਿਆ ਲਾਲਾ ਜੀ ਇੱਕ ਬੰਦਾ ਆ ਜਾਵੇ ਕਿੰਨੇ ਦਾ ਪੀਜ਼ਾ ਫੁੱਲ ਸਾਈਜ਼ ਵੱਡਾ ਫੁੱਲ ਸਾਈਜ਼ ਭਾਈ ਨੂੰ 900 ਰੁਪਏ ਦਾ 900 ਰੁਪਏ ਦਾ ਤੇ ਕਿਸ ਤਰ੍ਹਾਂ ਦੇ ਕਿਸ਼ਤਾਂ ਤੂੰ ਗੱਲ ਸਮਝ ਸਮਝੇਗਾ ਕਿਸ਼ਤਾਂ ਦੀ ਦੁਕਾਨ ਸੀ ਨਾ ਪੀਜ਼ਾ ਨਾਮ ਵੀ ਉਹਦਾ ਰੱਖੇ ਆਡੀਓਨਿਕ ਪੀਜ਼ਾ ਸੋਨੀ ਪੀਜ਼ਾ ਕਰੋਨ ਪੀਜ਼ਾ ਅੱਛਾ ਲਾਲੇ ਹੁਣ ਪੀਜ਼ਿਆਂ ਦੇ ਮਾਡਲ ਨੇ V9 ਪੀਜ਼ਾ ਹੈਗਾ ਜੀ V9 ਉਹ ਜੈਂਟ ਫ੍ਰੀ ਵੀ ਲੱਗਦੀ ਭਾਈ ਲਾਲਾ ਜੀ ਨੂੰ ਬੰਦੇ ਨੇ ਫੋਨ ਕਰਦੇ ਨੇ ਲਾਲਾ ਜੀ ਪੀਜ਼ਾ ਭੇਜ ਦਿਓ ਕਹਿੰਦੇ ਅਕਲ ਕਰ ਤੂੰ ਕੱਲ ਵੀ ਖਾਧਾ ਸੀ ਤੁਸੀਂ ਵੇਚੋ ਉਹਨੂੰ ਇੱਕ ਬੰਦਾ ਪੀਜ਼ਾ ਲੈਣ ਕਹਿੰਦੇ ਲਾਲਾ ਜੀ ਕਹਿੰਦੇ 40% ਤੇ ਮਿਲਣਾ ਤੇ ਇੱਕ ਬੰਦਾ ਲਾਲਾ ਜੀ ਕਾਲ ਕਰਕੇ ਕਹਿੰਦਾ ਇਹ ਵੱਡਾ ਲਾਰਜ ਪੀਜ਼ਾ ਚਾਹੀਦਾ ਉਹਨੂੰ ਕਹਿੰਦੇ ਪ੍ਰੈਂਕ ਕਰ ਰਹੇ ਆ ਪ੍ਰੈਂਕ ਕਰ ਰਹੇ ਲਾਲਾ ਜੀ ਨੂੰ ਬੰਦੇ ਨੇ ਫੋਨ ਕੀਤਾ ਉਹਨੇ ਕਹਿੰਦਾ ਲਾਲਾ ਜੀ ਪੀਜ਼ਾ ਚਾਹੀਦਾ ਕਹਿੰਦੇ ਯਾਰ ਪੀਜ਼ਾ ਛੱਡ ਮੈਂ ਬਿਰਿਆਨੀ ਖਾ ਰਿਹਾ ਭੇਜਾਂ ਤੈਨੂੰ ਵੀ ਬਹੁਤ ਆਲਾ ਮੈਂ ਮੰਗਵਾਈ ਇੱਕ ਜਗ੍ਹਾ ਅੱਛਾ ਲਾਲਾ ਜੀ ਨੇ ਪੀਜ਼ੇ ਦੀ ਦੁਕਾਨ ਪਾ ਲਈ ਤੇ ਜ਼ੇਨ ਚ ਕਿਸ਼ਤਾਂ ਹੀ ਘੁੰਮ ਰਹੀਆਂ ਇੱਕ ਬੰਦਾ ਲਾਲਾ ਨੂੰ ਕਹਿੰਦਾ ਲਾਲਾ ਜੀ ਪੀਜ਼ਾ ਭੇਜ ਦਿਓ ਕਹਿੰਦਾ ਛੱਤ ਵਾਲਾ ਕਿ ਥੱਲੇ ਵਾਲਾ ਛੱਤ ਵਾਲਾ ਕਿ ਫੇਰਵਾਂ ਲਾਲਾ ਜੀ ਨੇ ਪੀਜ਼ਾ ਬੰਦੇ ਨੇ ਦੇਤਾ ਕਹਿੰਦਾ ਇਹਦੀ ਖਾਸੀਅਤ ਕੀ ਹੈ ਲਾਲੇ ਕਹਿੰਦੇ ਸਾਲ ਗਰੰਟੀ ਹੈ ਇਹ ਦੋ ਜ਼ਮਾਨਤਾਂ ਵੀ ਲੈਂਦੇ ਆ ਹੈ ਦੋ ਜ਼ਮਾਨਤਾਂ ਵੀ ਲੈਂਦੇ
ਜੋ ਮਰਜ਼ੀ ਕਹਿ ਮੈਂ ਕਿਹਾ ਅੱਜ ਨਹੀਂ ਅੱਜ ਨਹੀਂ ਫਿਰ ਨਾ ਨਾ ਕੋਈ ਸਿੰਚ ਲੈ ਆਣਾ ਜੋ ਮਰਜ਼ੀ ਕਹਿ ਪਰ ਉਹ ਕੀ ਹੋਏਗਾ ਅੱਜ ਨਹੀਂ ਖਾਣਾ ਕਿਉਂ ਨਹੀਂ ਖਾਣਾ ਅੱਜ ਨਹੀਂ ਪੈਸੇ ਦੇਣੇ ਨੇ ਪੈਸੇ ਕਿੱਥੇ ਦੇਣੇ ਮੈਂ ਪੈਸੇ ਦਊਂਗਾ ਤੂੰ ਆਰਡਰ ਕਰਕੇ ਮੋਹ ਇਹਨੇ ਤੁਹਾਡੇ ਦੇਣੇ ਨਾ ਉਹੀ ਦੇਣੇ ਨੇ ਮੈਂ ਕਿਹਾ ਅੱਜ ਹੋਣਾ ਫਾਕਾ ਫੈਸਲਦਾ ਅੱਜ ਹੋਣਾ ਫਾਕਾ ਮੈਂ ਕਿਹਾ ਲਾਲੇ ਨੂੰ ਪੀਜ਼ਾ ਖਾਣਾ ਕੀ ਕੀ ਚਾਹੀਦਾ ਕਹਿੰਦਾ ਤੇਰਾ ਚੈੱਕ ਲੱਗੇਗਾ ਦੋ ਚੈੱਕ ਲੱਗਣਗੇ ਦੋ ਸ਼ਖਸੀ ਜ਼ਮਾਨਤਾਂ ਲਾਲਾ ਜੀ ਜਿਹੜਾ ਤਵਾ ਵੀ ਅਮੀਰਾਨਾ ਨਾ ਪੀਜ਼ਾ ਉਹਨਾਂ ਨੂੰ ਮੰਗਾ ਲਿਆ ਸਕਰਦੂ ਤੇ ਗੱਡੀ ਤੇ ਕਾਰ ਤੇ ਦੇਣ ਜਾਣ ਲਾਲਾ ਜੀ ਇੱਕ ਜਗ੍ਹਾ ਪੀਜ਼ਾ ਦੇਣਗੇ ਤੇ ਉਹਦੀ ਵਿੱਚੋਂ ਇੱਕ ਡੱਕਰੀ ਜੀ ਨਿਕਲ ਗਈ ਤੇ ਮਿੱਟੀ ਦੀ ਬਣਾ ਕੇ ਰੱਖਣ ਅੱਛਾ ਮੈਨੂੰ ਦੱਸੋ ਕਿ ਨੰਬਰ ਥੱਲੇ ਅਸੀਂ ਦੇ ਦਈਏ ਨੰਬਰ ਦੋ ਤੇ ਉਹ ਫਿਰ ਤੁਹਾਨੂੰ ਜਿਹੜਾ ਕਹੇਗਾ ਜੀ ਕਿ ਅਸੀਂ ਜਾਨੀ ਦੇ ਸ਼ੋਅ 'ਚ ਤੁਹਾਡਾ ਉਹਨੂੰ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਦੇਣਾ ਇੱਕ ਕੰਮ ਹੀ ਕਰਦੇ ਹਾਂ ਜਿਸ ਦਿਨ ਸਾਡਾ ਸ਼ੋਅ ਇਹ ਅਪਲੋਡ ਹੋਇਆ ਲੋਕ ਵੇਖਣਗੇ ਜਿਸ ਦਿਨ ਅਪਲੋਡ ਹੋਇਆ ਉੱਥੋਂ ਲੈ ਕੇ ਉਹਦੇ ਅਗਲੇ 24 ਘੰਟਿਆਂ ਤੱਕ ਤੁਸੀਂ ਇੱਕ ਸਪੈਸ਼ਲ ਆਫਰ ਦਿਓ ਉਸ ਤੋਂ ਬਾਅਦ ਵੀ ਇੱਕ ਨਾਰਮਲ ਆਫਰ ਦਿਓ ਉਸ 24 ਘੰਟੇ ਦੀ 20% ਆਫ ਹੋਏਗਾ ਜੀ ਓਕੇ ਜੀ ਉਸ ਤੋਂ ਅੱਗੇ 10% ਆਫ ਹੋਏਗਾ ਲਓ ਜੀ ਡਨ ਜੀ ਚੌਵੀ ਘੰਟਿਆਂ ਗਸ਼ੀਆਂ ਇੱਕ ਸ਼ਰਤ ਤੇ ਆਂਗਾ ਆਪਾਂ ਇਕੱਠੇ ਖਾਣਾ ਇਹਨੂੰ ਕਹਿਣਾ ਜੇ ਨਹੀਂ ਤੇ ਮੇਰਾ ਮੁੰਡਾ ਤੇਰੇ ਨਾਲ ਜਾਏਗਾ ਉਹ ਵੀ ਨਾਲ ਮੈਂ ਤੁਹਾਨੂੰ ਮਸ਼ਵਰਾ ਦਿਆਂ ਜੀ ਜੀ ਤੁਸੀਂ ਨਾ ਅੱਜ ਕੱਲ ਦੋ ਦੋ ਤਿੰਨ ਤਿੰਨ ਕੰਮ ਲੋਕੀ ਕਰਦੇ ਆ ਕੰਮ ਦੱਸੋ ਯਾਰ ਕਿਹੜਾ ਕਰਨ ਲਾਲਾ ਜੀ ਹੋਰ ਮੈਂ ਤੁਹਾਨੂੰ ਦੱਸਣਾ ਵਾ ਨਲਕਿਆਂ ਦੀਆਂ ਹੱਥੀਆਂ ਵੇਚ ਲਓ ਨਾਲ ਉਹ ਨਹੀਂ ਆਹੋ ਉਹ ਟੰਗ ਲਓ ਉਹ ਨਹੀਂ ਉਸਤਾਦ ਜੀ ਇੱਕ ਪੀਜ਼ਾ ਦੇ ਦੇ ਇੱਕ ਹੱਥੀ ਦੇ ਦੇ ਗਾਂ ਵੱਡੀ ਲਾਉਣੀ ਆ ਹੱਥੋਂ ਹੱਥੀ ਵਿਕ ਜਾਂਦੀ ਮੈਂ ਸਹੀ ਕਹਿ ਰਿਹਾ ਲਾਲਾ ਜੀ ਆਤਿਸ਼ਬਾਜ਼ੀ ਲਾ ਲੈਣੀ ਇੱਥੇ ਛੁਰ ਲਈਆਂ ਪਟਾਕੇ ਲਾ ਲਓ ਬਹੁਤ ਚੱਲਣਗੇ ਯਾਰ ਕਿਉਂਕਿ ਜਿੰਨੀ ਗਰਮੀ ਅੰਦਰ ਪੈ ਪੈ ਚੱਲ ਜਾਣੇ ਨਹੀਂ ਤੇ ਬਹੁਤ ਚੱਲੇ ਲਾਲਾ ਜੀ ਫੋਨ ਕਰਨਾ ਸੋਣੀ ਯਾਰ ਬਹੁਤ ਚੱਲੇ ਨਹੀਂ ਉਦੋਂ ਪੀਜ਼ਾ ਆਉਣਾ ਵੀ ਜਦੋਂ ਸਾਡੀਆਂ ਆਂਦਰਾਂ ਜਿਹੜੀਆਂ ਉਹ ਕੈਮੀਕਲ ਡੋਰ ਤਰ੍ਹਾਂ ਹੋ ਗਈਆਂ ਸਰ ਮੈਂ ਤਾਂ ਕਹਿੰਦਾ ਤੂੰ ਨਿਕਲ ਤੂੰ ਜਾ ਕੇ ਘੀਆ ਖਾ ਇਸ ਤੋਂ ਬਾਅਦ ਵਾਇਨਾ ਪੀ ਹੈ ਪਤਾ ਕੀ ਗੱਲ ਉਸਤਾਦ ਜੀ ਇਸ ਤੋਂ ਬਾਅਦ ਵਾਇਨਾ ਬਾ ਤੂੰ ਜਾ ਮੇਰਾ ਬੇਟਾ ਘਰ ਵਾਦਾ ਕੀਤਾ ਸੀਗਾ ਬੱਚਿਆਂ ਨੂੰ ਵੀ ਬੇਗਮਨਾ ਵੀ ਕਿ ਮੈਂ ਪੀਜ਼ਾ ਲੈ ਕੇ ਆਉਂਗਾ ਨਹੀਂ ਤੇ ਮੈਂ ਘਰ ਨਹੀਂ ਵੜਨਾ ਇਹ ਅੱਜ ਬਾਹਰ ਹੀ ਰਹੇਗਾ ਜੀ ਤੇ ਅੱਗੇ ਤੂੰ ਕਿਹੜਾ ਵਰਦਾ ਤੇਰੀ ਮੰਜੀ ਬਾਹਰ ਹੀ ਹੁੰਦੀ ਹੈ ਨਹੀਂ ਨਹੀਂ ਸਾਹਿਬ ਜੀ ਲਾਲਾ ਜੀ ਤੇ ਸਤਾਰ ਵਾਲਿਆਂ ਦਾ ਸੂਟ ਲੈ ਮੁੰਡਾ ਲਾਲਾ ਜੀ ਇਹ ਕਾਲੇ ਕਿਸ਼ਨ ਘਰਿਆ ਸੂਟ ਹੈ ਹਾਂ ਵੇਚ ਤੇ ਸਹੀ ਲਓ ਜੀ ਠਹਿਰ ਜਾ ਅਸਲ ਇੱਕ ਮਿੰਟ ਠਹਿਰ ਜਾ ਤੂੰ ਇਫਤਾਰੀ ਕੀਤੀ ਐਡਾ ਤੇਜ਼ ਹੋਇਆ ਚਲੋ ਜੀ ਹੈਪੀ ਬਰਥਡੇ ਪੀਜ਼ਾ ਲਾ ਜੀ ਹੁਣ ਫੇਸ ਟੂ ਫੇਸ ਗੱਲ ਹੋਏਗੀ ਮੈਂ ਸਦਕੇ ਵਾਹ ਲਾ ਜੀ ਇਹ ਟੇਬਲ ਨਿਕਲਿਆ ਜੀ ਪਿੱਛੋਂ ਸਾਜੀ ਇਹ ਇੱਕ ਬਣਾਉਣ ਦੀ ਨਫਾਸਤ ਬੜੀ ਅੱਛੀ ਹੈ ਲਾਲਾ ਜੀ ਫਰੋਜ਼ੇ ਵੀ ਲਾਏ ਉੱਤੇ ਨਾ ਇਹ ਉਹਨੇ ਬਣਾਇਆ ਜਿਹੜਾ ਅੰਦਰ ਹੁੰਦਾ ਹਾਂਜੀ ਆਇਆ ਅੰਨਾ ਵਾਲੀ ਸਦੂਫ ਵੀ ਖੁੱਲੀ ਫੈਸਲ ਇੱਥੇ ਬਹਿ ਜਾ ਲੱਤ ਰੱਖ ਕੇ ਨਾ ਸਾਜੀ ਫੈਸਲ ਦੇ ਕੋ ਪਲੇਟ ਚੁੱਕ ਲਓ ਭਾਈ ਫੈਸਲ ਕੋ ਨਾ ਫੈਸਲ ਸਾਜੀ ਯਾਰ ਨਾ ਕਰੋ ਫੈਸਲ ਤੂੰ ਦੁਨੀਆ 'ਚ ਸਭ ਤੋਂ ਬਹੁਤਾ ਕਿੰਨਾ ਪਿਆਰ ਕਰਦਾ ਆਪਣੀ ਮਾਂ ਨਾ ਤੈਨੂੰ ਉਹਦੀ ਕਸਮ ਹੀ ਤੂੰ ਪੀਜ਼ੇ ਨੂੰ ਹੱਥ ਨਹੀਂ ਲਾਉਣਾ ਪੁੱਛ ਲੈ ਕਿਸੇ ਨੂੰ ਆ ਜਿਹੜੀ ਆਡੀਅੰਸ ਇਹਨੂੰ ਕੁਝ ਬੇੜਾ ਕਰ ਤੇਰਾ ਅੱਖਾਂ ਦੇ ਹਲਕਾ 87 ਪੈ ਗਿਆ ਤੇਰੇ ਇੱਧਰ ਹਲਕਾ 87 ਇੱਧਰ ਹਲਕਾ 64 ਪੈ ਗਿਆ ਲਾਲਾ ਜੀ ਮਿੱਠਾ ਜਲੇਬੀ ਕਸ਼ੀ ਕਰੀ ਜਾ ਰਿਹਾ ਦੇਖ ਇਹ ਮੈਂ ਸਹਿਣ ਕਰ ਰਿਹਾ ਤੂੰ ਹੈ ਇਹ ਕੀ ਹੈ ਲੈ ਹਾਰ ਬਣਾਤਾ ਨੇ ਫੈਸਲ ਤੇਰੀ ਮਾਂ ਦੀ ਕਸਮ ਤੈਨੂੰ ਪਾਈ ਆ ਅਸੀਂ ਹੱਥ ਨਹੀਂ ਲਾਣਾ ਆ ਮੈਂ ਚਮਚੀ ਨਾ ਖਾਣ ਦੇ ਚਮਚੀ ਵੀ ਨਹੀਂ ਲਾਉਣੀ ਜ਼ਹਿਰ ਆ ਜ਼ਹਿਰ ਜਦੋਂ ਮੈਂ ਮੂੰਹ 'ਚ ਪਾਇਆ ਨਾ ਉਹਦਾ ਮੂੰਹ ਫੈਸਲ ਅਗਰ ਤੂੰ ਮੇਰੇ ਨਾਲ ਸੱਚਾ ਪਿਆਰ ਕਰਦਾ ਨਾ ਤੇ ਤੂੰ ਇਹਨੂੰ ਖਾਣਾ ਨਹੀਂ ਹੋ ਬਾ ਵੇਖ ਲਓ ਮੈਟ੍ਰਿਕ ਦਾ ਹੱਲੇ 11ਵੀਂ 12ਵੀਂ ਦਾ ਬਾਅਦ ਚ ਆਉਣਾ ਤੁਸੀਂ ਉਹਦਾ ਮੂੰਹ ਨਹੀਂ ਚੈੱਕ ਕਰ ਰਹੇ ਕੱਦੂ ਕਸ਼ਰ ਕਾ ਮੂੰਹ ਹੋਇਆ ਦੇ ਉਹਦੇ ਇੱਕ ਦਿਨ ਢਿੱਡੋ ਕਹਿਣਾ ਮਾਂ 2 ਮਿੰਟ ਸਾਈਡ ਤੇ ਹੋਵੇ ਨਾ ਤੇ ਮੈਂ ਦੱਸ ਪਤਾ ਦੇ ਯਾਰ ਮੈਂ ਪਹਿਲੇ ਨਾ ਹੀ ਇੰਨਾ ਕਹਿੰਦਾ ਉਸਤਾਦ ਜੀ ਮੈਂ ਤੁਹਾਡਾ ਬੜਾ ਪਿਆਰ ਕਰਦਾ
ਕਿਨੇ ਸਵੇਰੇ ਮੋਟਰਸਾਈਕਲ ਤੇ ਚੱਲ ਗਣਾ ਮਾਂ ਕੀ ਦੁਆਇ ਨੇ ਮਟੇ ਦੇਣਾ ਇਹਨੇ ਸਵੇਰੇ ਕਹਿਣਾ ਮਾਂ ਜੀ ਨੂੰ ਕੀ ਬੈਠੀ ਜਾਂਦਾ ਉਧਰ ਹੁਣ ਵੇਖਾਂ ਵੀ ਨਾ ਇਹ ਵੀ ਕਸਮ ਪਾ ਦਿਓ ਕਿ ਨਾ ਮੇਰੇ ਫੈਸਲ ਡਾਕਟਰ ਨੇ ਤੈਨੂੰ ਮਨਾ ਕੀਤਾ ਉਹਨੇ ਇਹਨੂੰ ਇੱਕ ਵਾਰੀ ਮਨਾ ਕੀਤਾ ਤੁਸੀਂ ਕਿੰਨੀ ਵਾਰੀ ਕੀਤਾ ਚੜ ਜਾ ਟੁਕਰਾ ਯਾਰ ਚੰਗਾ ਕੀਤਾ ਨਹੀਂ ਖਾਦਾ ਇਹ ਬੜਾ ਮਜ਼ਾ ਆਇਆ ਕਸਮ ਦਿਨ ਤਾਤਾ ਚੰਗਾ ਕੀਤਾ ਦਿਨ ਤਾਤਾ ਚੰਗਾ ਕੀਤਾ ਪਿੰਡ ਕੇ ਰਾਹ ਪੀ ਲੈ ਜਿੱਧਰ ਗਏ ਪੀਜ਼ੇ ਉਧਰ ਗਈਆਂ ਬੋਤਲਾਂ ਜਿੱਧਰ ਗਏ ਪੀਜ਼ੇ ਉਧਰ ਗਈਆਂ ਬੋਤਲਾਂ ਪੀ ਲੈ ਚੱਲ ਦੋ ਘੁੱਟ ਪੀ ਲੈ ਯਾਰ ਕੋਈ ਬੰਦਾ ਕਮੈਂਟਸ ਤੁਸੀਂ ਕਮੈਂਟਸ ਦੱਸੋ ਯਾਰ ਯਾਰ ਇਹਨੂੰ ਡਾਕਟਰ ਨੇ ਸਖਤੀ ਨਾਲ ਮਨਾ ਕੀਤਾ ਉਹਨੇ ਕਿਹਾ ਯਾਰ ਅਗਰ ਇਹਦੀ ਜ਼ਿੰਦਗੀ ਮੈਂ ਹੁਣ ਗੱਲ ਨਹੀਂ ਕਰਨਾ ਚਾਹੁੰਦਾ ਤੇ ਕੀ ਕਰਾਂ ਪੀ ਸਾਰੀ ਜ਼ਿੰਦਗੀ ਦੋ ਮਹੀਨੇ ਪਰਹੇਜ਼ ਕਰ ਲਾ ਜਿੰਨੇ ਪੀਜ਼ੇ ਤੈਨੂੰ ਲੱਦ ਦਿਆਂਗਾ ਪੀਜ਼ਿਆਂ 'ਚ ਤੈਨੂੰ ਪੀਜ਼ਿਆਂ 'ਚ ਤੇਰਾ ਸਾਹ ਕੁੱਟਿਆ ਜਾਏਗਾ ਇੰਨੇ ਪੀਜ਼ੇ ਉੱਤੇ ਥੱਲੇ ਲਾਲਾ ਜੀ ਦੋ ਮਹੀਨੇ ਬਾਅਦ ਇਹ ਜਦੋਂ ਪੀਜ਼ਾ ਖਾਣਾ ਵੇ ਇਹਦਾ ਪੀਜ਼ਾ ਮੇਰੇ ਲਓ ਓਕੇ ਫ੍ਰੀ ਓਕੇ ਮੈਂ ਫ੍ਰੀ ਮੈਂ ਮੰਨੀ ਡਾਕਟਰਾਂ ਦੀ ਡਾਕਟਰ ਤੇ ਮੈਨੂੰ ਕਹਿੰਦੇ ਵਾਕ ਕਰ ਕਿੰਨੀ ਕੁ ਮੈਂ ਕੀਤੀ ਅੱਛਾ ਵਾਕ ਨਹੀਂ ਨਾ ਕਰ ਰਿਹਾ ਨਹੀਂ ਕਰ ਰਿਹਾ ਇੱਕ ਇੱਕ ਲੇਕਿਨ ਹੁਣ ਵਾਕ ਵੀ ਨਹੀਂ ਕਰ ਰਿਹਾ ਬਦਪਰੇਜ਼ੀ ਵੀ ਕਰੀ ਜਾ ਰਿਹਾ ਡਬਲ ਕੰਮ ਹੋ ਗਿਆ ਚਲੋ ਵਾਕ ਨਹੀਂ ਕਰ ਰਿਹਾ ਡਾਇਟ ਤੇ ਦੋ ਮਹੀਨੇ 'ਚ ਯਾਰ ਦਵਾਈ ਖਾ ਲਾ ਦੋ ਮਹੀਨੇ ਬਾਅਦ ਠੀਕ ਹੋ ਜਾਣਾ ਨਹੀਂ ਮੈਂ ਕਰ ਬਹਰਹਾਲ ਨਹੀਂ ਖਾਣਾ ਪੀਜ਼ਾ ਮੇਰੇ ਵਾਸਤੇ ਸਹੀ ਹੁੰਦਾ ਅੱਛਾ ਯਾਰ ਤੂੰ ਕਮੈਂਟਸ ਪੜ ਲਈ ਥੱਲੇ ਕਮੈਂਟਸ ਪੜ ਲਈ ਲੋਕਾਂ ਦੇ ਕਿ ਮੈਂ ਸਹੀ ਕੀਤਾ ਕਿ ਨਹੀਂ ਕੀਤਾ ਅੱਛਾ ਜੀ ਤੁਹਾਡਾ ਇਹ ਜਗ੍ਹਾ ਜੀ ਅਗਰ ਕਿਸੇ ਨੇ ਵੈਸੇ ਆਉਣਾ ਹੋਵੇ ਤੇ ਬਾਬਰ ਚੌਕ ਕਿਹੜਾ ਇਲਾਕਾ ਹੈ ਬਾਬਰ ਚੌਕ ਮੇਨ ਬਾਬਰ ਚੌਕ ਹੈ ਜੀ ਪੀਪਲਸ ਕਲੋਨੀ ਬਾਬਰ ਚੌਕ ਪੀਪਲਸ ਕਲੋਨੀ ਨੰਬਰ 2 ਹਾਂਜੀ ਪੀਪਲ ਕਲੋਨੀ ਨੰਬਰ 2 ਐਮਰਟਸ ਮਾਲ ਹਾਂ ਬਾਬਰ ਚੌਕ ਨੰਬਰ ਵੀ ਚੱਲ ਰਿਹਾ ਵਾ ਆਉਣਾ ਵੀ ਹੋਵੇ ਤਾਂ ਫੋਨ ਤੇ ਐਡਰੈਸ ਪੁੱਛ ਲਓ ਤੁਸੀਂ ਇਸ ਦੁਕਾਨ 'ਚੋਂ ਲਾਲਾ ਜੀ ਨੇ ਜਿਹੜਾ ਤੈਨੂੰ ਡੱਬੇ 'ਚ ਪੀਜ਼ਾ ਦੇਣਾ ਨਾ ਉਹ ਤੂੰ ਕਿਸੇ ਵੀ ਤਰੀਕੇ ਨਾਲ ਨਹੀਂ ਖਾਣਾ ਤੇਰੇ ਵਾਸਤੇ ਉਹ ਪੀਜ਼ਾ ਤੇਰੇ ਮੂੰਹ 'ਚ ਨਹੀਂ ਜਾਣਾ ਚਾਹੀਦਾ ਤੇ ਉਹ ਘੋਲ ਕੇ ਪੀ ਲਏਗਾ ਕਿਸੇ ਤਰੀਕੇ ਉਹਨੂੰ ਕਿਹੜਾ ਡਿਸਪਰੀਨ ਦੇ ਪੀਜ਼ੇ ਦੇਣੇ ਵੀ ਘੋਲ ਕੇ ਪੀ ਲਾ ਫਟਾਫਟ ਉਹ ਪੀਜ਼ਾ ਤੇਰੇ ਮੂੰਹ 'ਚ ਨਹੀਂ ਜਾਣਾ ਚਾਹੀਦਾ ਲਾਲਾ ਜੀ ਨੇ ਉਸਤਾਦ ਹੋਰਾਂ ਨੇ ਹੁਣ ਕਿਹਾ ਹੈ ਕਿ ਜੀ ਲਾਲਾ ਜੀ ਨੇ ਜਿਹੜਾ ਡੱਬੇ 'ਚ ਪੀਜ਼ਾ ਦੇਣਾ ਉਹ ਮੇਰੇ ਤਿਕਰ ਨਹੀਂ ਜਾਣਾ ਚਾਹੀਦਾ ਤੇ ਨਹੀਂ ਆਏਗਾ ਤੇਰੇ ਤਿਕਰ ਤੇਰੇ ਮੂੰਹ 'ਚ ਨਹੀਂ ਜਾਣਾ ਚਾਹੀਦਾ ਤੇਰੇ ਮੂੰਹ 'ਚ ਸੱਤਾ ਚੁੱਲਿਆਂ ਦਾ ਪੀਜ਼ਾ ਭਾਜੀ ਤੁਸੀਂ ਕਿਹਾ ਨਾ ਵੀ ਮੂੰਹ 'ਚ ਨਾ ਜਾਵੇ ਪੀਜ਼ਾ ਇਹਨੇ ਪੀਜ਼ੇ ਤੇ ਡਰਾਪਣ ਵਾਲਣੇ ਉਹ ਕੰਨਾਂ 'ਚ ਪਵਾਈ ਜਾਣੇ ਯਾਰ ਇਹਨੇ ਦਿਲ ਕਰੇ ਪੀਜ਼ਾ ਮਜੂਨ ਬਣਵਾ ਲਵੇ ਇਹਨੇ ਪਿੰਡੇ ਤੋਂ ਮਾਲ ਲੈਣਾ ਮੈਨੂੰ ਪਤਾ ਇਹਨੇ ਜਾਣ ਨਹੀਂ ਦੇਣਾ ਪੀਜ਼ਾ ਇਹਨੇ ਪੀਜ਼ੇ ਦਾ ਕਰਕੇ ਨੱਕ 'ਚ ਖੁਰਾਕ ਵਾਲੀ ਨਾਲੀ ਲਵਾ ਲੈਣੀ ਹੈ ਇਹਨੇ ਪੀਜ਼ੇ ਦੇ ਪੀਸ ਕਰਵਾ ਕੇ ਨਾ ਤਲੀਆਂ 'ਚ ਸਲਾਈ ਨੇ ਕੱਦੂ ਨਾਲ ਚਸੀ ਦੀਆਂ ਇਹਨੇ ਪੀਜ਼ੇ ਦਾ ਕਰਕੇ ਉਹ ਲੱਡੂ ਹੱਸ ਰਿਹਾ ਹਾਂਜੀ ਤੁਸੀਂ ਤੇ ਨਾਲ ਹੋਰ ਲੱਡੂ 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 ਭਾਜੀ ਇਹਨੇ ਹੋਰ ਕੰਮ ਕਰਨਾ ਨੇ ਡਾਕਟਰ ਨੂੰ ਕਹਿਣਾ ਜੀ ਮੇਰਾ ਗੁਰਦਾ ਕੱਢ ਦਿਓ ਉੱਥੇ ਪੀਜ਼ਾ ਫਿੱਟ ਕਰ ਦਿਓ ਲਓ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਨੰਬਰ ਥੱਲੇ ਚੱਲ ਰਹੇ ਨੇ ਲਾਲਾ ਜੀ ਦਾ ਲਾਲਾ ਜੀ ਨੂੰ ਤੁਸੀਂ ਜਾਣਦੇ ਹੋਵੋਗੇ ਮੈਂ ਜਿਹੜਾ ਆਪਣੀ ਲਾਈਫ ਦਾ ਪਹਿਲਾ ਰੋਡ ਸ਼ੋਅ ਕੀਤਾ ਸੀ ਨਾ ਜ਼ਿੰਦਗੀ ਦਾ ਪਹਿਲਾ ਝਾਲ ਤੇ ਉਹਦੇ 'ਚ ਲਾਲਾ ਜੀ ਸੀ ਜਿਨ੍ਹਾਂ ਨੂੰ ਮੈਂ ਕਿਹਾ ਸੀ ਕਿ ਪੁਲ ਤੇ ਇਹ ਗੌਰਮੈਂਟ ਨੇ ਪੁਲ ਬਣਾਏ ਆ ਅਤੇ ਤੁਹਾਡੇ ਇੰਨਾ ਕਿੰਨਾ ਕਰਜ਼ਾ ਸੀ ਇੱਕ ਲੱਖ ਸਮਥਿੰਗ ਸੀ ਅਤੇ ਲਾਲਾ ਜੀ ਗੁੱਸੇ 1,28,000 ਅਤੇ ਲਾਲਾ ਜੀ ਨੂੰ ਮੈਂ ਇੱਥੇ ਗੁੱਸੇ ਕੇ ਲਾਲਾ ਕਹਿੰਦੇ ਉਹ ਮੈਂ ਨਹੀਂ ਦੇਣਾ ਭਾਈ ਓਏ ਤੈਨੂੰ ਸੁਣਿਆ ਨਹੀਂ ਆ ਮੈਂ ਨਹੀਂ ਅਤੇ ਇਹ ਜਿਹੜਾ ਸ਼ੋਅ ਆਇਆ ਅਸੀਂ ਕੋਈ ਪ੍ਰੈਂਕ ਨਹੀਂ ਕਰ ਰਹੇ ਜੈਰਮਨ ਲਾਲਾ ਜੀ ਦੀ ਦੁਕਾਨ ਇਹਨਾਂ ਨੇ ਕੀਤੀ ਪੀਜ਼ੇ ਦੀ ਔਰ ਮੇਰੀ ਖਾਹਿਸ਼ ਸੀ ਕਿਉਂਕਿ ਮੇਰੇ ਭਾਈ ਨੇ ਅਤੇ ਤੁਹਾਨੂੰ ਵੀ ਅੱਛੀ ਚੀਜ਼ ਮਿਲੇ ਔਰ ਇਹਨਾਂ ਦਾ ਵੀ ਫਾਇਦਾ ਹੋਵੇ ਬਸ ਇਸ ਚੱਕਰ ਦੇ ਵਿੱਚ ਆਪਣਾ ਬਹੁਤ ਖਿਆਲ ਰੱਖਣਾ ਇਨਸ਼ਾਅੱਲਾ ਅਗਰ ਪ੍ਰੋਗਰਾਮ 'ਚ ਤੁਹਾਡਾ ਫਿਰ ਮੁਲਾਕਾਤ ਹੋਏਗੀ ਤਬ ਤੱਕ ਲਈ ਅੱਲਾ ਹਾਫਿਜ਼।